ਅੱਜ ਦੀ ਲਾਈਵ ਵਿੱਚ ਤੁਹਾਡਾ ਸਵਾਗਤ ਹੈ ਜੀ। ਅਤੇ ਅੱਜ ਸਵੇਰ ਤਾਂ ਆਪਣਾ ਲਾਈਵ ਪਿਆ ਨਹੀਂ ਕਿਉਂਕਿ ਰਾਤ ਸਾਡੀ ਚੱਲਦੀ ਰਹੀ ਪਾਰਟੀ, ਮੋਟਰ 'ਤੇ ਚੱਲਦੀ ਰਹੀ ਪਾਰਟੀ, ਕਿਉਂਕਿ ਥੱਕ ਗਏ ਸੀ ਬਹੁਤ ਜ਼ਿਆਦਾ, ਲੇਟ ਉੱਠੇ ਹੈ ਅਤੇ ਲੇਟ ਕਾਰਵਾਈ ਸ਼ੁਰੂ ਹੋਈ, ਮੋਟਰ ਪਰ ਜਾ ਹੀ ਨਹੀਂ ਹੋਇਆ ਹੈਗਾ। ਮੈਂ ਸੋਚਦਾ ਗੁੱਜਰ ਬਾਈ ਆਇਆ ਜਾਵੇ ਵੀ ਉਹਦੇ ਨਾਲ ਸ਼ੂਟ ਸ਼ੁਰੂ ਕੀਤਾ ਜਾਵੇ। ਆਪਣਾ ਭਰਤ ਪੈ ਰਿਹਾ ਇਸ ਟਾਈਮ, ਲਓ ਪੂਰਾ ਤਿਆਰ ਹੋ ਗਿਆ। ਆਪਾਂ ਨੇ ਥੋੜ੍ਹਾ ਜਲਦੀ ਲਾਈਵ ਸ਼ੁਰੂ ਕਰਤਾ ਕਿਉਂਕਿ ਸਾਡੇ ਨਾ ਗਰਾਊਂਡ 'ਚ ਟੂਰਨਾਮੈਂਟ ਚੱਲ ਰਿਹਾ, ਮੈਂ ਉੱਥੇ ਜਾਣਾ ਫਿਰ ਸਾਨੂੰ ਉੱਥੇ ਹਨੇਰਾ ਹੋ ਜਾਣਾ। ਗਰਾਊਂਡ 'ਚ ਭਾਈ ਸਾਡੀ ਟੀਮ ਫਾਈਨਲ 'ਚ ਪਹੁੰਚਣ ਵਾਲੀ ਹੈ ਅਤੇ ਜਾ ਕੇ ਹੱਲਾ ਸ਼ੇਰੀ ਦਈਏ ਉਹਨਾਂ ਨੂੰ ਸਾਰਿਆਂ ਨੂੰ। ਲੈ ਭਾਈ ਮੈਂ ਵਿੱਚ ਵਿੱਚ ਝੱਟ ਮਰਾਉਂਦਾ ਸਾਡਾ। ਬਲਬਲਾ ਚਾਹ ਕਦ ਪੀਣੀ ਆ, ਟਾਈਮ ਹੋਏ ਗਿਆ ਹੈਂ, ਕਿੰਨਾ ਟਾਈਮ ਹੋ ਗਿਆ ਹੁਣ? 3:40 4 ਵਜੇ ਕਹਿ ਦੇ, 4 ਵਜੇ ਪੂਰੇ ਬੰਦੇ ਗਿਣ ਲਾ। ਹਾਂ 6 ਬੰਦੇ ਆ, 6 × 24 24 ਬਿਸਕੁਟ ਲੈ ਕੇ ਆਉਣੇ ਇਹਨਾਂ ਨੂੰ, ਗੰਗਾ ਨੂੰ ਲੈ ਕੇ ਆਉਣੇ ਆ 6। ਉਹ ਬਹੁ ਹੈ ਕਿਆ ਕਹਿੰਦੇ ਹੈਡ ਆ ਉਹ, ਗੰਗਾ ਗੰਗਾ ਨੂੰ 6 ਲੈ ਕੇ ਆਉਣੇ ਆ ਬਹੁ, ਸਭ ਤਾਂ ਮੇਨ ਬੰਦਾ ਨਾ। ਸਾਹਮਣੇ ਭਾਈ ਗੰਗਾ ਲੱਗਿਆ ਹੋਇਆ ਇੱਧਰ, 60 ਸਾਲ ਦੀ ਏਜ ਹੋ ਚੱਲੀ ਆ ਅਤੇ ਕੰਮ ਵੀ ਠੀਕ ਹੀ ਕਰਦਾ, ਕੋਈ ਚੱਕਰ ਨਹੀਂ ਹੈਗਾ। ਇਹ ਮਹਾਰਾਜ ਵਾਸਤੇ ਸੇਵਾ ਲੱਗ ਗਈ ਸਾਨੂੰ, ਕੋਈ ਗੱਲ ਨਹੀਂ। ਹਾਂ ਅਤੇ ਮੈਂ ਕਿਹਾ ਭਾਈ ਸਾਡੇ ਇੱਧਰ ਬੰਦੇ ਕਿਆ ਕਹਿੰਦੇ ਆ ਹੁਣ ਇਹਨੂੰ ਕੰਮ ਪਰ ਫੱਦਦੇ ਨਹੀਂ ਹੈਗੇ। ਮੈਨੂੰ ਕਹਿੰਦਾ ਸਰਦਾਰ ਜੀ ਕੰਮ ਹੈ, ਮੈਂ ਕਿਹਾ ਆ ਜਾ ਕੋਈ ਗੱਲ ਨਹੀਂ, ਵਾਧੂ ਕੰਮ ਆਪਣੇ ਕੋਲ, ਜਿੰਨਾ ਮਰਜ਼ੀ ਕੰਮ ਕਰ। ਜੇ ਕਿਆ ਕਹਿੰਦਾ ਆਪਣਾ ਮਸਤ ਆਇਆ, ਮੇਰੇ ਜੰਮਣ ਤੋਂ ਪਹਿਲਾਂ ਦਾ ਇੱਥੇ ਆਇਆ ਹੋਇਆ, ਇਹ ਜੱਦਾ ਇੱਥੇ ਕੰਮ ਕਰ ਰਿਹਾ ਇਹ। ਕਹਿੰਦਾ ਤੁਸੀਂ ਛੋਟੇ ਛੋਟੇ ਜਿਹੇ ਹੁੰਦੇ ਤੇ ਜੱਦਾ ਮੈਂ ਇੱਥੇ ਆ। ਹਾਂ ਹਾਂ ਤੂੰ ਤਾਂ ਮੁੰਜੇ ਛੋਟਾ ਛੋਟਾ ਦੇਖਾ, ਇੱਧਰ ਕਿਤਨਾ ਛੋਟਾ ਦੇਖਾ ਹੈ, ਇਤਨਾ ਬੜਾ ਥਾ। ਭਾਈ ਹੁਣ ਮੈਂ ਝੱਟ ਮਰਾਉਣ ਲੱਗਿਆ ਨਾਲ ਉਹਨਾਂ ਦੇ, ਤਸਲੇ ਭਰੀ ਜਾਂਦਾ ਵਿੱਚ। ਇਸ ਟਾਈਮ ਹੁਣ ਨਾ ਆਪਣੇ 4 ਵੱਜਣ ਵਾਲੇ ਆ, ਇਸ ਟਾਈਮ ਸੂਰਜ ਬਹੁਤ ਤੇਜ਼ ਨਿਕਲਿਆ, ਸਵੇਰੇ ਦਾ ਮੌਸਮ ਠੰਡਾ ਤਾ, ਬਰਸਾਤ ਪੈ ਲਈ ਥੋੜ੍ਹੀ ਜਿਹੀ ਇੱਥੇ ਅਤੇ ਕਰਦਾ ਫੋਨ ਅੱਜ ਸ਼ਾਇਦ ਪਰਿਮਰਪੁਰ ਨੂੰ ਬੱਜ ਕੇ ਪੁੱਛਦਾ ਜਾ ਕੇ ਉੱਥੇ ਗਰਾਊਂਡ 'ਚ ਇਕੱਠੇ ਹੋਇਆ, ਉਹ ਤਾਂ ਆਪ ਗਰਾਊਂਡ 'ਚ ਖੇਲਣ ਲੱਗਿਆ ਜਿਹੜੇ ਚਕੱਠਾ ਬਣਾਉਣੀ ਆ, ਮੈਚ ਚੱਲਦਾ ਜਿਹਨੇ ਸਾਡੇ ਚਕੱਠਾ ਬਣਾਉਣੀ ਉਹ ਤਾਂ ਆਪ ਗਰਾਊਂਡ 'ਚ ਲੱਗਿਆ ਹੋਇਆ। ਮੈਨੂੰ ਕਹਿੰਦਾ ਪ੍ਰਾਈਮਰ ਇੱਥੇ ਆ ਕੇ ਮਾਰ ਲਈ, ਮੈਂ ਕਹਿੰਦਾ ਉੱਥੇ ਤਾਂ ਮਾਰ ਕੇ ਭੇਜ, ਇੱਥੇ ਕਿੱਥੇ ਸੀ ਪ੍ਰਾਈਮਰ ਮਾਰੂਗਾ ਤਾਂ ਮਾਰਨਾ ਸੌਖੀ ਆ, ਉਹਨੇ ਮਸ਼ੀਨ ਜੀ ਦੇ ਦੇਣੀ ਉਹਦੇ ਵਾਲੀ ਫਿਰ ਉਹਦੇ ਨਾਲ ਬੱਜੀ ਜਾਊਗਾ। ਮੈਂ ਕਿਹਾ ਉਹ ਕੱਲ੍ਹ ਇੱਕ ਤਾਰ ਦੇ ਕੇ ਆਉਣਾ ਯਾਰ, ਉਹ ਤਾਰ ਦੇ ਕੇ ਆਉਣਾ ਕੱਲ੍ਹ ਆਪਣਾ, ਉਹ ਆਪਣਾ ਕੁਆੜੀ ਆ ਨਹੀਂ ਕਾਲੀ ਕਾਲੀ ਜੀ ਤਾਰ ਦੇ ਕੇ ਗਿਆ ਹੁਣ ਇੱਥੇ, ਨਿੰਮਾ ਦੇ ਕੇ ਗਿਆ ਤਾ ਜਿਹੜੀ, ਹਾਂ ਨਿੰਮੇ ਨੂੰ ਦੇਤੀ ਜਨਰੇਟਰ ਪਈ ਹੈ, ਇੱਕ ਤਾਰ ਆ ਜੀ ਮੈਂ ਕਿਹਾ ਇਹਦੀ ਮਿਹਨਤੀ ਕਰ।
ਹੈ ਮੈਂ ਹੈਗਾ ਇਹਦੀ ਮਿਣਤੀ ਕਰਕੇ ਨਾ ਚਲਾ ਗਾ ਪਲੱਗ ਤਾਂ ਆਪਾਂ ਇੱਥੇ ਕੰਮ ਆਈ ਜਾਊਗਾ ਨਾ ਇੱਥੇ ਹੁਣ ਪੱਖਾ ਪੁੱਖਾ ਲਾ ਲੈਂਦੇ ਅਸੀਂ ਮੈਂ ਸੋਚਦਾ ਕਿ ਉੱਧਰ 'ਤੇ ਵੀ ਨਾ ਉਹ ਉੱਧਰ ਦੇ ਘਰ ਤੋਂ ਆ ਜਾਵੇ ਤਾਰ ਇੱਥੇ ਉਹ ਇਨਵੇਟਰ ਪਰ ਵੀ ਹੈਗਾ ਆਪਣਾ ਜੇ ਲਾਈਟ ਲੁੱਟ ਭੱਜ ਪਏ ਇਨਵੇਟਰ ਬੱਲੇ ਬੱਲੇ ਵਲ ਜਾਵੇ ਹੁਣ ਗਾਹਾਂ ਗਾਹਾਂ ਸਰਦੀਆਂ ਸ਼ੁਰੂ ਹੋਈਆਂ ਦਿਨ ਛੋਟੇ ਹੁੰਦੇ ਜਾਈ ਜਾਣੇ ਆਪਣੇ ਇਹ ਇਹਦੀ ਮਿਣਤੀ ਕਰਕੇ ਉੱਧਰ 'ਤੇ ਪਾ ਦੇਣੀ ਇਹ ਅੱਜ ਸ਼ਾਮ ਨੂੰ ਤਾਂ ਹੁਣ ਮੈਂ ਤਾਂ ਗਰਾਊਂਡ 'ਚ ਲੰਘ ਜਾਣਾ ਅਤੇ ਗਰਾਊਂਡ 'ਚ ਜਾਵਾਂਗੇ ਤੁਹਾਡੇ ਬਹੁਤ ਜ਼ਿਆਦਾ ਮੈਸੇਜ ਆਏ ਉੱਤੇ ਦੂਜੇ ਮਹਿਲ ਜਾਨ ਮਹਿਲ ਬਲੌਗ ਦੇ ਉੱਪਰ ਉਹ ਮੈਨੂੰ ਨਾ ਉਹ ਉੱਥੋਂ ਬਣਾਈ ਸੀ ਉੱਪਰ ਤੋਂ ਉੱਥੋਂ ਤਾਂ ਨਾ ਫਿਰ ਸਾਰਾ ਇੱਥੇ ਦਿਖਦਾ ਸੀ ਮੈਂ ਇਕੱਲਾ ਇਕੱਲਾ ਰੂਮ ਦੱਸਿਆ ਮੈਂ ਉਹਦੇ ਵਿੱਚ ਨਾ ਪੂਜਾ ਰੂਮ ਬਾਰੇ ਪੁੱਛ ਰਹੇ ਤੇ ਕਿ ਪੂਜਾ ਰੂਮ ਕਿਹੜਾ ਬਈ ਸਾਰੇ ਹੀ ਸਾਰੇ ਘਰ ਸਾਰੇ ਕਮਰੇ ਮਹਾਰਾਜ ਦੇ ਆ ਜਿੰਨੇ ਸਾਰੇ ਹੀ ਪਰ ਉਹ ਗੱਲ ਨਾ ਮੈਂ ਜਾਨ ਮਹਿਲ ਬਲੌਗ 'ਚ ਕਲੀਅਰ ਕਰੀ ਆ ਵੀ ਕਿੱਥੇ ਆ ਉਹਨਾਂ ਦਾ ਮਹਾਰਾਜ ਦਾ ਕਿੱਥੇ ਅਸੀਂ ਰੱਖਿਆ ਹੋਇਆ ਇਹਦੇ ਵਿੱਚ ਗੱਲ ਤਾਂ ਫਿਰ ਡਬਲ ਗੱਲ ਹੋ ਜਾਣੀ ਇਹਦੇ 'ਚ ਨਹੀਂ ਆਪਾਂ ਨੇ ਦੱਸਣੀ ਹੈਗੀ ਉੱਧਰ ਹੀ ਦੱਸਾਂਗੇ ਇੱਟ ਕੱਲ੍ਹ ਦੋ ਕ੍ਰੇਟ ਜੇ ਲਾ ਤੇ ਇਹਨਾਂ ਨੇ ਇੱਥੇ ਆ ਦੋ ਤਾਂ ਵੀ ਤਿੰਨੇ ਲਾ ਤੇ ਨਾ ਦੋ ਲਾ ਤੇ ਹੈ ਦੋ ਖੋਲ੍ਹ ਲੈਣੇ ਨੇ ਆਪ ਆਹ ਨਹੀਂ ਖੋਲ੍ਹਿਆ ਹੈਗਾ ਆਹ ਖੋਲ੍ਹਿਆ ਤਾਂ 12 ਆਏ ਤੇ ਆਪਣੇ ਕੋਲ ਅਤੇ ਆਹ ਇੱਟ ਨੂੰ ਕਿਹੜਾ ਹੋ ਗਿਆ ਸਾਡੀ ਗਿੱਲੀ ਗਿੱਲੀ ਹੈ ਵਿੱਚ ਗਿੱਲੀ ਗਿੱਲੀ ਜੀ ਵਿੱਚ ਆਏ ਕੋਈ ਕੋਈ ਇੱਟ ਵਿੱਚ ਪਿੱਲੀ ਜੀ ਹੁੰਦੀ ਜਿੱਦਾਂ ਤਾਂ ਕੋਈ ਵੀ ਮਸ਼ੀਨ 'ਚ ਸੰਚ 'ਚ ਹੋ ਜਾਂਦਾ ਹੋ ਜੀ ਨਹੀਂ ਕੋਈ ਵਿੱਚੋਂ ਸਾਂਚੇ ਵਿੱਚ ਕੋਈ ਗਿੱਲੀ ਰਹਿ ਜੀ ਜਾਂ ਕਿਆ ਕਹਿੰਦੇ ਆ ਸੁੱਕੀ ਨਹੀਂ ਪੂਰੀ ਪ੍ਰੋਪਰ ਸੁੱਕੀ ਨਹੀਂ ਹੈਗੀ ਪਰ ਇੰਨੀ ਸਖਤ ਆ ਨਾ ਇਹ ਪੱਥਰੇ ਆ ਬਿਲਕੁਲ ਬਿਲਕੁਲ ਪੱਥਰ ਮਹਿਕ ਹੁਣ ਰਾਜੇ ਟੂਟੀ ਆ ਜਾਣੀ ਇੱਕ ਮੈਂ ਕਿਹਾ ਟੂਟੀ ਆ ਜਾਣੀ ਦੇਖੋ ਸ਼ਾਇਦ ਆਏ ਗਈ ਹੋਵੇ 4 ਵਜੇ ਛੱਡੋ 4 ਵਜੇ ਆ ਜਾਂਦੀ ਆ ਪੁੱਛੂਗਾ ਫੋਨ ਕਰਕੇ ਉਹਨੂੰ ਕਦ ਆਉਂਦੀ ਆ ਇੱਕ ਵਾਰ ਫਿਰ ਪਾਣੀ ਛੱਡਣਾ ਨਾ ਪਰ ਇਹਨਾਂ ਪਹਿਲਾਂ ਸਾਰਿਆਂ ਪਰ ਫਿਰ ਤਰਾਓ ਕਰਨੀ ਇੱਕ ਵਾਰੀ ਪੈਪ ਮੈਂ ਲਿਆਂਦਾ ਆਹ ਪਿਆ ਪੈਪ ਇੱਧਰ ਹਾਂ ਆਹ ਵੀ ਲਿਆਂਦਾ ਇੱਥੇ ਮੂਹਰੇ ਕੱਸ ਲਾਂਗੇ ਉਹਨੂੰ ਉੱਥੇ ਨਾ ਪੈਪ ਪਾ ਕੇ ਮੂਹਰੇ ਕੱਸ ਹੋ ਜੂਗਾ ਉਹ ਵੀ ਲਾ ਦਾਂਗੇ ਅਤੇ ਆਹ ਦੇਖ ਇੱਧਰ ਆਹ ਲਿਆਂਦਾ ਇਹਨੂੰ ਖੋਲ੍ਹ ਕੇ ਇਹ ਕੱਸ ਨਹੀਂ ਭਾਵੇਂ ਇਹੀ ਕਸ ਨਹੀਂ ਖੋਲ੍ਹ ਕੇ ਪਾਲਾ ਲੰਬਾ ਪਾ ਲੈਣ ਨੂੰ ਚੱਲ ਤੂੰ ਉੱਧਰ ਮਰਾ ਲੈ ਝੱਟ ਜਾਂ ਟੁੱਟਿਆ ਕਿ ਫਿਰ ਉਹਨੂੰ ਉੱਧਰ ਅਤੇ ਫਿਰ ਇੱਧਰ ਆ ਜਾਈ ਤੂੰ ਅਤੇ ਸਾਰਾ ਘੁੰਮੀ ਜਾਊਗਾ ਨਾ 100 ਫੁੱਟ ਆ ਇਹ ਅਤੇ ਮੈਂ ਕਿਹਾ ਹੁਣ ਕੰਮ ਆਪਣਾ ਲੰਬਾ ਚੱਲਣਾ ਮੈਂ ਵਧੀਆ ਦੇ ਦੇ ਯਾਰ ਫਿਰ ਦੋ ਤਿੰਨ ਸਾਲ ਕੱਢ ਦਿੰਦੇ ਆ ਮੈਂ ਮੇਰੇ ਖਿਆਲ ਆਹ ਲੈਂਥ ਦਾ ਪਹਿਲਾਂ ਨਾ 100 ਫੁੱਟ ਆ ਦੋ ਤਿੰਨ ਸਾਲ ਕੱਢਦੇ ਇਹਨੇ ਫਿਰ ਤਾਂ ਲੀਕ ਜਿਹਾ ਹੋਣ ਲੱਗ ਜਾ ਫਿਰ ਸਵਾਦ ਜਿਹਾ ਨਹੀਂ ਆਉਂਦਾ ਇਹ ਸਾਈਡ 'ਤੇ ਟੁੱਟਣ 'ਚ ਲੱਗ ਜਾਂਦਾ ਉਹਨੇ ਉਹਨੂੰ ਕਿਹਾ ਵੀ ਧੁੱਪਾਂ ਤਾਂ ਜਿੱਦਾਂ ਮਰਜ਼ੀ ਪਿਆ ਇੰਨਾ ਖਰਾਬ ਨਹੀਂ ਕਹਿੰਦੇ ਉਹ ਕਈ ਕੁਆਲਿਟੀ ਦੱਸੀ ਉਹਨਾਂ ਕਹਿੰਦਾ ਥਰੇ ਵਾਲੀ ਦੇ ਮੈਂ ਕਿਹਾ ਸਰੇ ਵਾਲੀ ਦੇ ਦੇ ਯਾਰ ਟਾਈਮ ਕੱਢੇ ਦੱਸੇ ਯਾਰ 3-4 ਮਹੀਨੇ ਤਾਂ ਚੱਲੂ ਆਪਣਾ ਕੰਮ ਫਿਰ ਪੈਪ ਪਾ ਕੇ ਜਦੋਂ ਮਰਜ਼ੀ ਘੁਮਾਈ ਜਾਵਾਂਗੇ ਫਿਰ ਆ ਛੋਟਾ ਪੈਪ ਵੀ ਆਪਣੇ ਕੰਮ ਆ ਜਾਏ ਕਰੂ ਨੇੜੇ ਤੇੜੇ ਭਾਈ ਇੰਨਾ ਕੰਮ ਹੋ ਚੁੱਕਿਆ ਆਪਣਾ ਇੱਥੇ ਭਾਰਤ ਪੈ ਗਿਆ ਇੱਥੇ ਥੋੜ੍ਹੀ ਸੈਟਿੰਗ ਕਰਾਂਗੇ ਅਤੇ ਕੱਲ੍ਹ ਨੂੰ ਕਰਾਂਗਾ ਮੈਂ ਚੱਲ ਉੱਧਰ ਪਾਈ ਜਾ ਲਓ ਹਾਲੇ ਮੈਂ ਧੂੜ ਪੱਟੀ ਹੋਈ ਅੱਜ ਹੈ ਦੱਬਦਾ ਅੱਜ ਇਹ ਹੋਇਆ ਵੀ ਨਾਇਕ ਨੂੰ
ਜੇ ਮੈਂ ਜਗ੍ਹਾ ਇੱਧਰ ਸਾਫ਼ ਕਰਾ ਲਵਾਂ ਜਲਦ ਤੋਂ ਜਲਦ ਰਹਿ ਨਾ ਜਾਵੇ। ਜਿਹੜੀ ਆਹ ਆਪਾਂ ਨੇ ਇੱਧਰ ਆਹ ਕਾਰ ਪਾਰਕਿੰਗ ਇੱਥੇ ਇਹ ਸਟੈਪ ਡਾਊਨ ਰੱਖਣੀ ਹੈ, ਇਹਦਾ ਕੱਲ੍ਹ ਨੂੰ ਲੈਵਲ ਕੱਢ ਹੋਣਾ, ਲੈਵਲ ਕੱਢ ਕੇ ਇਹ ਪੂਰਾ ਬਣਾਉਣਾ ਵੀ ਇਹ ਕਿੰਨੀ ਨੀਵੀਂ ਰੱਖਣੀ ਇਹ ਤੋਂ। ਆਹ ਲੈਵਲ ਆਪਣਾ ਅੰਦਰ ਫਰਸ਼ਾ ਸਾਰਾ ਰੱਖਿਆ ਹੋਇਆ ਜਿਹੜਾ ਅੰਦਰ ਦਾ ਫਰਸ਼ ਹੈ, ਅਤੇ ਇਹਦਾ ਕੱਲ੍ਹ ਨੂੰ ਲੈਵਲ ਕੱਢਣਾ ਵੀ ਕਿੰਨੀਆਂ ਪੌੜੀਆਂ ਆਪਣੇ ਡਾਊਨ ਰੱਖਣਾ, ਕਿ ਜ਼ਿਆਦਾ ਫਿਰ ਸੜਕ ਨੂੰ ਉੱਚਾ ਚੰਗਾ ਜਿਹਾ ਵੀ ਨਹੀਂ ਲੱਗਣਾ ਹੈਗਾ, ਕਦੇ ਸੜਕ ਕਦੇ ਉੱਚੀ ਹੋਊਗੀ, ਕਦੇ 10 ਸਾਲ ਤੱਕ ਫਿਰ ਕਰ ਲਵਾਂਗੇ ਭਰਤ ਪਾ ਲਵਾਂਗੇ। ਅਲੱਗ ਚੀਜ਼ ਮੈਂ ਹੋਰ ਦੇਖਦਾ ਤਾ, ਮੈਂ ਕਿਹਾ ਇੱਥੇ ਨਾ ਯਾਰ ਇੱਥੇ ਉਹ ਪਾ ਤਾ ਇਹਦੇ ਥੱਲੇ ਉਹ ਕਿਆ ਕਹਿੰਦੇ ਹੁੰਦੇ ਨਾ ਨਾ, ਮੈਂ ਇਹਦਾ ਕੱਢ ਕੇ ਨਾ 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 ਇਹਦਾ ਦੋਨਾਂ ਪਾਸੇ ਨੂੰ ਮੂੰਹ ਹੈ, ਇੱਧਰ ਨੂੰ ਵੀ ਮੂੰਹ ਹੈ ਇਹਦਾ, ਹੈਂ ਇੱਥੇ ਕਿਤੋਂ ਵਿੱਚੇ ਪਾ ਤੇ ਇਹ ਦੋ ਪਾਸੇ ਨੂੰ ਮੂੰਹ ਹੈ ਇਹਦਾ ਪੈਪ ਦਾ ਯਾਰ, ਇੱਦਾਂ ਵੀ ਸਾਈਡ ਕਿਤੇ ਇਹਦੀ ਵੀ ਬੋਰੀ ਪਾ ਦੇ ਮੂਹਰੇ ਕੱਢ ਕੇ ਨਾ ਮਿੱਟੀ 'ਚ, ਫਿਰ ਕਿਤੇ ਬਾਅਦ 'ਚ ਕਦੋਂ ਪੱਟ ਪੁੱਟ ਕੇ ਨਾ ਫਿਰ ਸਮਿਟ ਸਮੁਟ ਨਾ ਪੈ ਜਾਵੇ ਉਹਦੇ, ਫਿਰ ਆਪਾਂ ਨੇ ਐਂ ਘੁੰਮਾ ਕੇ ਬੈਂਡ ਉੱਪਰ ਨੂੰ ਪੈਣੇ ਐਂ ਪਲੰਬਰ ਨੂੰ, ਬੋਲਾ ਪਲੰਬਰ ਹੁਣ ਨਾ ਬਾਹਰ ਗਿਆ ਹੋਇਆ ਅੱਜ, ਉਹ ਨਾ ਮੈਨੂੰ ਇੱਕ ਦੋ ਦਿਨ ਲੱਗ ਜਾਣੇ ਉਹਨਾਂ ਨੂੰ, ਮੈਂ ਕਿਹਾ ਚੱਲ ਕੋਈ ਗੱਲ ਨਹੀਂ। ਉਹ ਇੱਕ ਗੱਲ ਦੀ ਹੋਰ ਗੌਰ ਕਰਿਓ ਬਾਈ, ਕੱਲ੍ਹ ਨੂੰ ਮੈਂ ਕਿਹਾ ਜਿਹੜੀ ਇੱਟ ਸਿੱਟਣੀ ਹੈ ਨਾ ਇਹ ਟੋਟੇ ਪਰ ਸਿੱਟਿਓ ਯਾਰ, ਮਿੱਟੀ 'ਚ ਨਹੀਂ ਸਿੱਟਣੀ ਹੈਗੀ, ਮਿੱਟੀ ਨਾਲ ਤਾਂ ਫਿਰ ਵਿੱਚ ਵੜ ਜਾਂਦੀ ਯਾਰ, ਕੱਲ੍ਹ ਨੂੰ ਮਿੱਟੀ ਤੈਨੂੰ ਦੱਸ ਦੇਣਾ ਆਪਣਾ ਇੱਟ ਨਾ ਟੋਟੇ ਪਰ ਰੱਖਣੀ ਸਾਰੀ ਇਹ, ਜਦ ਉੱਪਰ ਸਿੱਟਦੇ ਨਾ ਉਹ ਫਿਰ ਮਿੱਟੀ ਵਿੱਚ ਫਸ ਜਾਂਦੀ, ਕਿ ਦੂਜੀ ਹੈ ਨਾ ਜਿਹੜੀ ਉੱਪਰ ਆਹ ਮਿੱਟੀ ਨਾ ਇਹਦੇ ਵਿੱਚ ਫਸ ਜਾਂਦੀ ਮਿੱਟੀ ਯਾਰ, ਫਿਰ ਇਹ ਸਾਫ਼ ਜਗ੍ਹਾ ਥੱਲੇ ਟੋਟੇ ਵਿਛਾ ਕੇ ਨਾ ਪਏ ਜਿੰਨੇ ਵੀ ਲਾਈਨ 'ਚ ਲਾ ਕੇ ਨਾ ਸਾਰੇ ਉਹਦੇ ਉੱਪਰ ਸਿੱਟਣੀ ਫਿਰ ਇਹ। ਵੀ ਹੁਣ ਆਪਾਂ ਲਾਈਵ ਬੰਦ ਕਰਦੇ ਹਾਂ ਅੱਜ ਦਾ, ਧੰਨਵਾਦ ਜੀ ਤੁਹਾਡੇ ਸਾਰਿਆਂ ਦਾ ਲਾਈਵ ਦੇਖਣ ਵਾਸਤੇ, ਸੋਰੀ ਅੱਜ ਮਾਫ਼ੀ ਮੰਗਦਾ ਵੀ ਅੱਜ ਸਵੇਰੇ ਵੀ ਤਾਂ ਲਾਈਵ ਪਿਆ ਨਹੀਂ ਹੈਗਾ ਅਤੇ ਪਾਰਟੀ ਚੱਲਦੀ ਰਹੀ ਸਾਡੀ ਲੰਬੀ, ਇਸ ਕਰਕੇ ਕੋਈ ਨਾ ਕੱਲ੍ਹ ਨੂੰ ਪਾਵਾਂਗੇ ਆਪਾਂ ਸਟਾਰਟਿੰਗ ਰੂਟੀਨ, ਫਿਰ ਆਪਣੀ ਉਹੀ ਹੋ ਜਾਣੀ ਵੀ 5:30 ਵਜੇ ਮੋਟਰ ਪਰ, ਉਸ ਤੋਂ ਬਾਅਦ ਫਿਰ ਦੋ ਲਾਈਵ ਪਾਵਾਂਗੇ ਆਪਾਂ। ਧੰਨਵਾਦ ਜੀ।